ਇਹ ਦੱਸਿਆ ਕਿ ਕਲਯੁਗ ਦਾ ਰਾਜ ਤੇ ਵੱਡਾ ਪੁਜਾਰੀ ਬਣ ਜਾਣਾ ਇੰਦਰਪੁਰੀ ਦਾ ਰਾਜ ਇੱਕ ਨੀਆਂ ਚੀਜ਼ਾਂ ਕਹਿੰਦੇ ਆ ਇਧਰ ਕੋਈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣੇ ਕਿੰਨਾ ਸੀ ਗਿਣਦੇ ਆ ਵੱਡਾ ਹੈ ਮੁੱਖ ਮੰਤਰੀ ਬਣੇ ਕਿੰਨਾ ਵੱਡਾ ਗਿਣਦੇ ਆ ਪਰ ਬੰਦਗੀ ਵਾਲਿਆਂ ਦੀ ਨਿਗਾਹ ਵਿੱਚੋਂ ਕੱਢੋ ਕਹਿੰਦੇ ਇਹ ਚਾਰ ਪੁੱਤਰ ਮੰਨੇ ਗਏ ਬ੍ਰਹਮਾ ਦੇ ਸਨਕ ਸੁਨੰਦਨ ਸਾਰੇ ਸਨਕ ਸੁਨੰਦਨ ਆਦਿ ਕਹਿ ਦਿੰਦੇ ਗੁਰਬਾਣੀ 'ਚ ਚਾਰ ਭਰਾ ਸੀ ਇਹ ਬ੍ਰਹਮਾ ਦੇ ਪੁੱਤਰ ਤੇ ਚਾਰੇ ਇਕਾਂਤ ਭਗਤੀ ਕਰ ਰਹੇ ਸੀ ਇੱਕ ਰਸ ਭਗਤੀ ਕਰ ਰਹੇ ਸੀ ਇੰਦਰ ਦੇਵਤੇ ਨੇ ਵੇਖਿਆ ਵੀ ਇਹਨਾਂ ਦੀ ਕੀ ਅਵਸਥਾ ਹੈ ਕਿਵੇਂ ਦੇਖਿਆ ਜਾਏ ਇਹ ਚਾਰ ਮਹਾਂਪੁਰਸ਼ ਭਗਤੀ ਕਰ ਰਹੇ ਨੇ ਚਾਰੇ ਭਰਾ ਇਹਨਾਂ ਦੀ ਅਵਸਥਾ ਪਰਖੀ ਜਾਏ ਵੀ ਕੀ ਹੈ ਉਹ ਸਵਰਗਪੁਰੀ ਦੇ ਫਲ ਨੇ ਬਹੁਤ ਕੀਮਤੀ ਹੁੰਦੇ ਆ ਮਿਲਦਾ ਹੀ ਨਹੀਂ ਫਲ ਉਹ ਸਵਰਗਪੁਰੀ ਦੇ ਦਰਖਤ ਦਾ ਫਲ ਇੰਦਰ ਚਾਰ ਫਲ ਲੈ ਕੇ ਆਇਆ ਦੁਨੀਆ ਸੰਸਾਰ ਲਈ ਤੋਹਫਾ ਸੀ ਉਹਨੇ ਚਾਰ ਫਲ ਲਿਆ ਕੇ ਨਾ ਇਹ ਚਾਰਾਂ ਰਿਸ਼ੀਆਂ ਦੇ ਅੱਗੇ ਇੱਕ ਇੱਕ ਫਲ ਰੱਖ ਦਿੱਤਾ ਮੱਥਾ ਟੇਕਤਾ ਇੰਦਰ ਦੇਵਤੇ ਨੇ ਉਹ ਆਪਣੀ ਸਮਾਧੀ 'ਚ ਲੀਨ ਸੀ ਭਗਤੀ 'ਚ ਇੰਦਰ ਨੇ ਚਾਰਾਂ ਰਿਸ਼ੀਆਂ ਦੇ ਅੱਗੇ ਇੱਕ ਇੱਕ ਫਲ ਮੱਥਾ ਟੇਕ ਦਿੱਤਾ ਤੇ ਆਪ ਉਹਲੇ ਬਹਿ ਕੇ ਲੁੱਕ ਕੇ ਦੇਖਣ ਲੱਗਿਆ ਵੀ ਇਸ ਇਹਨਾਂ ਦੀ ਅਵਸਥਾ ਪਰਖੀ ਉਹਨਾਂ ਨੇ ਅੱਖ ਖੋਲ੍ਹੀ ਸਮਾਧੀ ਖੁੱਲ੍ਹੀ ਦੇਖਿਆ ਵੀ ਸਾਡੇ ਅੱਗੇ ਸਵਰਗਪੁਰੀ ਦੇ ਫਲ ਪਏ ਆ ਕੀਮਤੀ ਫਲ ਪਏ ਨੇ ਨਿਰੰਕਾਰ ਦੀ ਲੀਲਾ ਏ ਜਿਹੜੇ ਸਾਡੇ ਅੱਗੇ ਆਏ ਆ ਫਿਰ ਭਗਤੀ ਕਰਨ ਲੱਗ ਪਈ ਕਿਉਂਕਿ ਉਹਨਾਂ ਨੂੰ ਭਗਤੀ ਦਾ ਰਸ ਬੜਾ ਸੀ ਦੇਖ ਕੇ ਫਲ ਭਗਤੀ ਕਰਨ ਲੱਗ ਪਈ ਹੁਣ ਇੱਕ ਦੇ ਅੱਗੋਂ ਫਲ ਇੰਦਰ ਨੇ ਲੁਕਾ ਚੁਰਾ ਲਿਆ ਇੱਕ ਫਲ ਚੱਕ ਲਿਆ ਉਹਨਾਂ ਦੀ ਲੜਾਈ ਪਾਉਣ ਵਾਸਤੇ ਕਿ ਇਹਨਾਂ ਦੀ ਅਵਸਥਾ ਦਾ ਪਤਾ ਲੱਗ ਜਾਏਗਾ ਵੀ ਕੀ ਏ ਚਾਰਾਂ ਰਿਸ਼ੀਆਂ ਦੇ ਵਿੱਚੋਂ ਇੱਕ ਰਿਸ਼ੀ ਦਾ ਫਲ ਇੰਦਰ ਨੇ ਆਪ ਹੀ ਚੋਰੀ ਕਰ ਲਿਆ ਤੇ ਲੋਕੇ ਦੇਖਣ ਲੱਗਿਆ ਅਵਸਥਾ ਇਹਨਾਂ ਦੀ ਹੁਣ ਚਾਰਾਂ ਰਿਸ਼ੀਆਂ ਦੇ ਫਿਰ ਸਮਾਧੀ ਖੁੱਲ੍ਹੀ ਦੇਖਿਆ ਵੀ ਇੱਕ ਫਲ ਨਹੀਂ ਹੈਗਾ ਹੁਣ ਇੱਕ ਫਲ ਵਾਸਤੇ ਇਹ ਸ਼ੱਕ ਕਰ ਰਹੇ ਨੇ ਵੀ ਆਪਣੇ ਚਾਰਾਂ ਤੋਂ ਬਗੈਰ ਕੋਈ ਬੰਦਾ ਨਹੀਂ ਸੀ ਪੰਜਵਾਂ ਅਤੇ ਚਾਰਾਂ ਦੇ ਵਿੱਚੋਂ ਹੀ ਕਿਸੇ ਨੇ ਫਲ ਚੋਰੀ ਕੀਤਾ ਹੈ ਵੀ ਦੱਸੋ ਕਿੰਨੇ ਕੀਤਾ ਜਿਸ ਰਿਸ਼ੀ ਦਾ ਫਲ ਹੋਇਆ ਸੀ ਚੋਰੀ ਹੋਇਆ ਸੀ ਉਹ ਕਹਿੰਦਾ ਵੀ ਇਹ ਆਪੋ ਆਪਣਾ ਨਿਆਂ ਦਿਓ ਫਲ ਚੋਰੀ ਹੋਇਆ ਤੇ ਕਿੰਨੇ ਚੋਰੀ ਕੀਤਾ ਹੁਣ ਸਾਰਿਆਂ ਨੇ ਨਿਆਂ ਦੇਣਾ ਸੀ ਉਹਦੇ 'ਤੇ ਵੀ ਸ਼ੱਕ ਹੋ ਸਕਦਾ ਵੀ ਤੂੰ ਲੁਕੋਇਆ ਜਾਂ ਉਹਨੇ ਚੋਰੀ ਕੀਤਾ ਇਹਨੇ ਚੋਰੀ ਕੀਤਾ ਹੁਣ ਨਿਆਂ ਦੇਣ ਵਾਸਤੇ ਚਾਰੇ ਜਣੇ ਬੈਠ ਗਏ ਇੱਕ ਨੇ ਕਿਹਾ ਜੇ ਮੈਂ ਫਲ ਚੋਰੀ ਕੀਤਾ ਹੋਵੇ ਨਾ ਤਾਂ ਮੈਂ ਕਲਯੁਗ ਦੇ ਵਿੱਚ ਰਾਜਾ ਬਣਾ ਆਖੋ ਸੀ ਵੇ ਅਮਰੀਕਾ ਦਾ ਰੂਸ ਦਾ ਪੰਜਾਬ ਦਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਜਾਂ ਪੰਜਾਬ ਦਾ ਮੁੱਖ ਮੰਤਰੀ ਤਾਂ ਛੋਟੀ ਚੀਜ਼ ਹੈ ਨਾ ਰੂਸ ਅਮਰੀਕਾ ਵਰਗੇ ਰਾਸ਼ਟਰਪਤੀ ਬਹੁਤ ਵੱਡੇ ਆ ਉਹਨੇ ਕਿਹਾ ਸੀ ਜੇ ਫਲ ਮੈਂ ਚੋਰੀ ਕੀਤਾ ਹੋਵੇ ਤਾਂ ਮੈਂ ਕਲਯੁਗ ਦੇ ਵਿੱਚ ਰਾਜਾ ਬਣਾ ਪਰਮੇਸ਼ੁਰ ਬਖਸ਼ ਲਏ ਬਖਸ਼ ਲਏ ਪਰ ਰਾਜ ਭਾਗ ਦੇ ਵਿੱਚ ਦੱਸਿਆ ਪਾਪ ਬਹੁਤ ਹੋ ਜਾਂਦੇ ਧਰਮ ਘੱਟ ਹੁੰਦਾ ਹੈ ਸੇਵਾ ਘੱਟ ਹੁੰਦੀ ਹੈ ਲੋਭ ਲਾਲਚ ਮਾਇਆ ਸਵਾਰਥ ਵਡਿਆਈ ਹੋਮੇ ਪਾਪ ਕਰ ਜਾਂਦੀ
कलयुग दे राज नूं संतां महापुरशां ने सजा दसिया, सजा दूसरे ने अपना निहां दिता कि जे मैं फल चोरी कीता होवे ते मैं इस देश दे सब तो वड्डे मंदर दा पुजारी बना, आखो सी पुजारी बना सब तो वड्डे मंदर दा, क्योंकि पूजा दा तान आएगा, खावांगे, भगती होनी नहीं, विकार भी हो जाएंगे, तन जिन्ना पदार्थ खाए उन्ने विकार पैदा होंदे आ, ये शास्त्रां दा कथन है कि दूसरे ने यह न्याय दिता कि जे मैं फल चोरी कीता होवे ते परमेश्वर जिहड़ी मैं भगती दा रस लै रहा कांत बह के बंदगी कर लिया खोल आवे ते मैनू वड्डे विश्वनाथ मंदिर दा कांशी दे विच विश्वनाथ मंदिर दा पुजारी बना दे। हुण तीसरे ने न्याय देना सी कि जे मैं फल चोरी कीता होवे ते मैनू रब बहुत मोटिया कर देवे, बड़ी सेहत बना दे मेरी, पारे होना भी मोटे होना भी कहीं दा कहिंदे भी मैं पतला मोटा नहीं होया, पर इत्थे दस्या कि मोटे की सज़ा भी बहुत वड्डी है, जिहड़ा उठ बैठ नहीं सकता, किरिया नहीं सुधार सकता, कई पक्षों दुखी होंदा है, कमजोर दुबला, कहिंदे भी मैं मोटा हो जा, बहुत मोटा हो जा जे मैं फल चोरी कीता होवे। तिन्ना ने अपने अपने न्याय दिते, चौथे ने न्याय की दिता है चौथे ने न्याय दिता भी जे मैं फल चोरी कीता होवे ना ते मैं कुकर्मी इंद्र दी पदवी ते पहुंचा, इंद्र राजा बना, आखो श्री भाई जे मैं फल चोरी कीता होवे ते मैं इंद्र दा राज भोगा, क्योंकि उत्थे पशरां ने राग रागणियां ने बड़े, इंद्र नूं भी बाद विच सहंसर दान दे इंद्र रवाया, परशुराम रोवे कराया, इंद्र भी रोंदा सी जदों राज तो उतरिया ते उन्हूं फिर वो पापां दा फल भोगना पिया, देवतियां दा राजा बन के पाप विकार बहुत हो जांदे स्वर्ग दे विच, बड़े सुख होण स्वर्ग दे, सुंदर पशरा होण, सुंदरे खाने होण, सुंदर भोग होण, ते भोगां विच बंदा आपदी भगती सारी खत्म कर लैंदा, तप करके बंदगी सब तो वध संसार च जिंदी बंदगी होंदी है उन्हूं इंद्र दा राज मिलता है, थोड़ी बंदगी होंदी ते थोड़े वड्डे 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 राजे बन जांदे, छोटे छोटे बन जांदे, जिन्नी भगती है। चारा ने चार न्याओं जदों दिते ना, हुण कहिंदे भी अपने चारा विच कोई चोर नहीं, इंद्र ने वेख्या हुण गल कित्थे आउणी है, हुण सराप ते आएगी, मैनू किते नास करके ना रख देण, इंद्र फल लैके फटाफट ले आके अगे रखता, उन्हां वेख्या भी इंद्र राजा है ते फल लैके आया है, कहन लगे भी तू रखिया सी ते तू चोरी क्यों कीता, श्राप देना सी उन्हें कि हुण श्राप देण किते साडा काम हो जाणा, ये बंदगी आलियां दा बोल बिरथा नहीं जाना। जदों उन्हें कहा भी कहिंदे तू क्यों चोरी कीता, कहिंदे मैं बस तुहाडी अवस्था परखनी सी कि तुहाडी बंदगी करन वालियां दी अवस्था की है, हुण मैं देख लिया कि तुहाडे वास्ते वड्डे तो वड्डे मंदरां दी पुजारी जां बनना जां प्रधान बनना कोई भी बनना
तुहाडे अगे वो नरक है, मेरा राज भी तुहाडे अगे नरक है, दुनिया दे राजे भी तुहाडे अगे नरक है। मैं अवस्था ही परखनी सी कि तुहाडी बंदगी वालियां दी अवस्था की है। जो सुख प्रभ गोबिंद की सेवा सो सुख राज ना लईए, मिलदा नहीं राजियां नूं इहो जिहा जिहड़ा है।